ਮੈਂ ਕਹਿੰਦਾ 3 ਤਾਂ ਸਭ ਦੀ ਹੁੰਮ ਜੇ 3 ਨਾ ਹੁੰਦੀ ਬਈ ਅਸੀਂ ਭੁੱਖੇ ਮਰ ਜਾਂਦੇ 3 ਹੁੰਦੀ ਮੇਰੇ 2 ਹੁੰਦੇ ਤਿੰਨ ਹੁੰਦੀਆਂ ਕੋਈ ਚੱਕਰ ਵਾਲੀ ਗੱਲ ਹੀ ਨਹੀਂ ਸੀ ਪਰ ਇਹਨੇ ਇਕੱਲੇ ਨਹੀਂ ਮੈਨੂੰ ਬਰਬਾਦ ਕਰਤਾ ਮੈਂ ਤਾਂ ਕਿਹਾ ਵੀ ਪੈਗ ਲਾ ਲੈ ਤੂੰ ਤਾਂ ਪੋਸਟ ਖਾਲਾ ਜੇ ਮਿਲ ਜੂਗਾ ਸਾਰਾ ਕੁਝ ਮਿਲਦਾ ਪਰ ਨਹੀਂ ਉਹ ਤਾਂ ਉਹ ਚੀਜ਼ ਤੋਂ ਬਿਨਾ ਕਹਿੰਦਾ ਮੈਨੂੰ ਤਾਂ ਇਹ ਚੀਜ਼ਾਂ ਕੰਮ ਹੀ ਨਹੀਂ ਕਰਦੀਆਂ ਕਿ ਕੋਈ ਤਾਂ ਪੀਂਦਿਆਂ ਸਾਰ ਕੰਮ ਕਰਦਾ ਆਪਾਂ ਤਾਂ ਹਜੇ ਤੱਕ ਮੇਰਾ ਪੁੱਤ ਪੀਂਦਾ ਮੈਂ ਹਜੇ ਤੱਕ ਦੇਖਿਆ ਨਹੀਂ ਵਿੱਚ ਟੱਕਾਇਆ ਜਾਂਦਾ ਮੈਨੂੰ ਲੱਗਦਾ ਵੀ ਜਿੱਦੇ ਕਦੇ ਮੈਨੂੰ ਕੁਝ ਹੋ ਗਿਆ ਇਹ ਬੰਦੇ ਤੋਂ ਰੋਣ ਤੇ ਸਵਾਏ ਇਹਦੇ ਕੋਲੋਂ 50 ਰੁਪਏ ਵੀ ਨਹੀਂ ਨਿਕਲਨੇ ਜਿਹੜੀ ਇਹਦੇ ਹਿਸਾਬ ਦੇ ਹਾਲਾਤ ਆ ਤੇ ਨਾ ਹੀ ਕਿਸੇ ਨੇ ਦੇਣੇ ਆ ਭਾਈ ਇਹ ਜਿਹੇ ਬੰਦੇ ਨੂੰ ਅਗਲਾ ਦਿਨ ਦਾ ਵੀ ਨਹੀਂ ਅਗਲੇ ਨੂੰ ਪਤਾ ਵੀ ਇਹਦੇ ਪਿਓ ਨੇ ਕੀ ਕੀਤਾ ਸੀ ਕੀ ਕਮਾਈ ਕੀਤੀ ਸੋ ਬੰਦੇ ਦਾ ਕੀ ਸਟੈਂਡ ਸੀ ਤੇ ਇਹਦਾ ਕੀ ਆ ਇਹਦੇ ਪੱਲੋਂ ਡੱਕਾ ਵੀ ਨਹੀਂ ਨਿਕਲਣਾ ਤੇ ਮੇਰੇ ਮੈਨੂੰ ਪਤਾ ਹੈ ਮੇਰੇ ਵਾਸਤੇ ਕੁਝ ਵੀ ਨਹੀਂ ਕਰ ਸਕਦਾ ਇਹ ਤਾਂ ਪਹਿਲੇ ਹੀ ਮਾਰ ਦੂਗਾ ਸਾਨੂੰ ਬਖਤ ਤੋਂ ਪਹਿ। ਜੋ ਵੀ ਗੈਰੇ ਸੀ ਕਹਿੰਦੇ ਮੈਨੂੰ ਤਾਂ ਹਜੇ ਜਵਾਨੀ ਚ ਬੁਢਾ ਬਣਾ ਕੇ ਬੁਢਾ ਕਰਤਾ ਜੀ ਮੇਰੀ 47 ਸਾਲ ਦੀ ਉਮਰ ਹੈ ਤੇ ਮੇਰੇ ਸਰੀਰ ਅੰਦਰੋਂ ਖਤਮ ਹੈ ਬੜੇ ਪੈ ਮੇਰੇ ਤੇ ਮੈਂ ਥੋਟਾ ਨਹੀਂ ਜਾਂਦਾ ਮੈਨੂੰ ਚੱਕ ਟੈਨਸ਼ਨ ਹਰ ਟਾਈਮ ਹੈ ਜੀ ਹਰ ਟਾਈਮ ਟੈਨਸ਼ਨ ਕਿ ਮੈਂ ਹੈਗੀ ਸੀ ਮੇਰੇ ਕੀ ਹੋ ਗਿਆ ਇਹ ਮੈਂ ਕੀ ਕੀਤਾ ਸੀ ਮੈਂ ਇਹ じゃ ਕੋਈ ਗੁਨਾਹ ਨਹੀਂ ਕੀਤਾ ਜਿਹੜਾ ਮੇਰੇ ਨਾਲ ਹੋ ਗਿਆ ਕੀ ਗੱਲ ਮੇਰੇ ਵਾਸਤੇ ਹੋਰ ਬਥੇਰੇ ਦੁਖੀ ਆ ਮੇਰੇ ਨਾਲ ਦੇ ਵਿਚਾਰੇ ਪਰ ਮੈਂ ਇਹ ਸੋਚਿਆ ਨਹੀਂ ਸੀ ਵੀ ਮੇਰੇ ਨਾਲ ਹੋ ਜਾਊਗਾ ਮੇਰਾ ਕਲਾਜ ਬਾਕ ਰੱਖਿਆ ਪਹਿਲਾਂ 4 4 5 5 ਬਾਕ ਸੀ ਕੋਈ ਚੰਗੇ ਜਿਵੇਂ ਹੁਣ ਮੇਰੀ ਕੁੜੀ ਆ ਉਸ ਤੋਂ ਛੋਟੀ ਆ 4 5 ਸਾਲ ਬਹੁਤ ਸਾਹੂ ਆ ਜੇ ਕੋਈ 4 5 ਬੱਚੇ ਕੋਈ ਦੋਸਤਾ ਸੌਖੇ ਨਿਕਲਣਗੇ ਮਾਪੇ ਨੂੰ ਸੰਭਾਲ ਲੈਣਗੇ ਤੇ ਜਿਹਦੇ ਇੱਕ ਇੱਕ ਆਏ ਸਰਕਾਰਾਂ ਨੇ ਇਹ ਸੰਸਥਾਵਾਂ ਨੇ ਲੋਕਾਂ ਦੇ ਘਰ ਪਟਤੇ ਜੇ ਜਦੋਂ ਹੁਣ ਆਊਗਾ ਸ਼ਾਮ ਨੂੰ ਤਾਂ ਉਹਨੂੰ ਆਥਨ ਦੀ ਦਿੱਕਤ ਸਵੇਰੇ ਦੀ ਹੋ ਗਈ ਅਸਲ ਤਾਂ ਵੀ ਮੈਂ ਸਵੇਰੇ ਕੀ ਕਰਨਾ ਤੇ ਉਹਦੇ ਕੋਲ ਇਹਦਾ ਟਾਈਮ ਹੀ ਨਹੀਂ ਸੁਣਨ ਦਾ ਸੀ ਬਥੇਰਾ ਮੱਥਾ ਮਾਰਦੇ ਸੁਣ ਕੇ ਕਰਕੇ ਵਾਜ ਜਾਂਦੇ ਜੇ ਜ਼ਿਆਦਾ ਜिद ਕਰਦੇ ਆ ਤਾਂ ਫਿਰ ਭਾਈ ਹੱਥੋਂ ਮੁੱਕੀ ਹੋਣ ਵਾਲਾ ਕੰਮ ਹੈ ਹੁੰਦਾ ਹੈ ਭਾਈ ਹੁੰਦਾ ਜਦੋਂ ਆਪ ਨੂੰ ਗੁੱਸਾ ਹੁੰਦਾ ਨੇੜੇ ਜਾਂਦੇ ਆ ਫਿਰ ਉਹ ਵੀ ਮੂਰੋਂ ਨਸ਼ੇ 'ਚ ਜ਼ਿਆਦਾ ਹੈਪਰ ਹੁੰਦਾ ਉਹ ਜ਼ਿਆਦਾ ਉਤੋਂ ਨਹੀਂ ਪੈਂਦਾ ਹਾਂ ਮੁੰਡ ਜੀ ਮੈਨੂੰ ਦੱਸ ਰਹੇ ਸੀ ਕਿ ਅਸੀਂ ਇਹੀ ਕਿਹਾ ਸੀ ਕਿ ਭਾਈ ਜਾਂ ਤਾਂ ਸਾਡਾ ਖੇੜਾ ਛੜ ਦੇ ਜਾਂ ਆਪ ਖੇੜਾ ਛੜਾ ਲੈ ਸਾਡੇ ਤੋਂ ਮੈਂ ਤਾਂ ਹੱਥ ਵਨ ਕੇ ਕਹਿਣਾ ਵੀ ਫੇਰ ਵੀ ਮੈਂ ਹਜੇ ਜ਼ਿੰਦਗੀ ਅਸੀਂ ਬਹੁਤ ਸੌਖੀ ਟਪਾ ਲਾਂਗੇ ਵੀ ਸਾਡਾ ਖੇੜਾ ਛੜ ਦੇ ਘਰੋਂ ਨਿਕਲ ਜਾ ਮੈਂ ਬੇਦਖਲ ਵੀ ਕੀਤਾ ਹੋਇਆ 2004 ਦੇ ਵਿੱਚ ਮੈਂ ਬੇਦਖਲ ਕੀਤਾ ਹੋਇਆ ਪਰ ੱੱਕੇ ਨਾਲ ਵੜਦਾ ਬੇਦਖਲ ਕੀਤਾ ਬੇਦਖਲ ਕੀਤਾ ਹੋਇਆ ਜੀ ੱੱਕੇ ਨਾਲ ਆਉਂਦਾ ੱੱਕੇ ਨਾਲ ਹੀ ਚੱਲਦਾ ਉਹਦਾ ਕੰਮ ਜਿਹੜਾ ਵੀ ਚੱਲਦਾ ਹੈ ਭਾਈ ਇੱਕੋ ਇੱਕ ਪੁੱਤ ਨੂੰ ਬੇਦਖਲ ਕਰਨਾ ਯਾਰ ਉਹ ਉਹ ਆਪਣੇ ਸੀਨੇ ਤੇ ਕਿਹੜਾ ਪੱਥਰ ਧਰ ਕੇ ਕੀਤਾ ਹੋਇਆ ਇਹ ਚੀਜ਼ਾਂ ਤਾਂ ਇਹ ਹੀ ਚੀਜ਼ਾਂ ਖਾਈ ਜਾਂਦੀਆਂ ਜਿਹਦੀ ਖਾਤਰ ਜਾਉਣਾ ਸੀ ਕਰਨਾ ਸੀ ਭਾਈ ਕਿਹਦੀ ਖਾਤਰ ਕਰਦਾ ਹੈ ਕੋਈ ਆਪਦੀ ਢਿੱਡ ਦੀ ਖਾਤਰ ਮੈਨੂੰ ਨਹੀਂ ਲੱਗਦਾ ਕੋਈ ਵੀ ਮਾਂ ਬਾਪ ਹੈ ਜਾਊਗਾ ਜਿਹੜਾ ਆਪਦੇ ਢਿੱਡ ਦੀ ਖਾਤਰ ਕਰਦਾ ਹੋਊਗਾ ਬੱਚਾ ਖਾਤਰ ਪਤਾ ਨਹੀਂ ਕੀ ਕੀ ਪਾਪੜ ਵੇਲਦਾ ਬੰਦਾ ਤੇ ਜਦੋਂ ਬੱਚਾ ਹੀ ਨਾ ਉਹ ਕਰੂਗਾ ਤੇ ਫਿਰ ਕੀ ਕਰੂਗਾ ਮਾਂ ਬਾਪ ਉਹ ਤਾਂ ਮੇਰਾ ਤਾਂ ਦਿਲ ਹੁਣ ਟੁੱਟਿਆ ਪਿਆ ਮੈਂ ਤਾਂ ਖੜਾ ਨਹੀਂ ਹੋਇਆ ਜਾਂਦਾ ਭਾਈ ਮੈਂ ਕਦੇ ਇੱਕ ਕੈਦਨ ਵੀ ਬਾਹਰ ਨਿਕਲਿਆ ਮੇਰਾ ਮਨ ਹੀ ਨਹੀਂ ਕਰਦਾ ਭਾਈ ਮੇਰਾ ਜਮਾਂ ਹੀ ਟੁੱਟ ਗਿਆ ਮਨ ਹੁਣ ਜ਼ਿੰਦਗੀ ਤੋਂ ਨਾ ਮਰਾਂ ਜੀ ਜੇ ਮੇਰੀ ਇਕੱਲੇ ਦੀ ਜ਼ਿੰਦਗੀ ਹੁੰਦੀ ਮੈਂ ਅੱਜ ਨੂੰ ਕਿੱਦੇ ਦੀ ਖਤਮ ਕਰ ਲੈਂਦਾ ਮੇਰੀ ਬੇਟੀ ਹੈ ਮੇਰੇ ਘਰ ਦੇ ਆ ਕਿ ਮੈਂ ਜਿਹੜੀ ਮੈਨੂੰ ਮਜਬੂਰੀ ਮਾਰਦੀ ਹੈ ਤੇ ਮੈਂ ਇੱਕ ਪਲ ਇੱਕ ਸੋਚਦਾ ਵੀ ਨਹੀਂ ਸੀ ਇਹ ਦੀ ਇਸ ਗੱਲ ਬਾਰੇ ਤੇ ਮੈਨੂੰ ਇਹਨਾਂ ਕਾਰਨ ਜਾਉਣਾ ਪੈਂਦਾ ਇਹ ਦਿਨ ਚੱਲਨੇ ਪੈਂਦੇ ਮੈਂ ਇਹਨਾਂ ਨੂੰ ਬੱਚਾ ਨੂੰ ਮੇਰੀ ਬੇਟੀ ਨੂੰ ਤੇ ਮੇਰੇ ਘਰ ਦਾ ਨੂੰ ਮੈਂ ਛੱਡ ਨਹੀਂ ਸਕਦਾ ਪਰ ਮੈਂ ਜੋ ਛੱਡ ਗਿਆ ਨਾ ਮੈਨੂੰ ਪਤਾ ਹੈ ਵੀ ਇਹ ਬੰਦਾ ਇਹ ਚੀਜ਼ ਭਾਲ ਲਈ ਹੈ ਖਤਮ ਕਰ ਦੂਗਾ ਸਭ ਕੁਝ ਬਰਬਾਦ ਕਰ ਦੂਗਾ